ਇਹ ਜਿਹੜਾ ਟਰੈਕਟਰ ਨੇ ਇੱਕ ਬਾਇਲਰਸ ਹੋ ਗਿਆ ਟੀ ਇਹ ਆਪਣਾ ਡੀਟੀ 28 ਹੋ ਗਿਆ ਡੀਟੀ 14 ਹਾਂਜੀ ਟੀ 25 ਹਾਂਜੀ ਇਹ ਜਾ ਕੇ ਉੱਥੇ ਜੀਨ ਰੇਟ ਪੁੱਛਣ ਕਹੀ ਜਾਂਦੇ ਨੇ ਵੀ ਉੱਥੇ ਵੀ ਇਹ ਕਵਾੜ ਨੇ ਉਹ 2-2 ਲੱਖ ਜ 1.5-1.5 ਲੱਖ ਹੀ ਮਿਲਦੇ ਨੇ ਹਾਂਜੀ ਹਾਂਜੀ ਕੋਈ 2 ਲੱਖ ਦਾ 2.5 ਲੱਖ ਦਾ ਲੈ ਆ ਕੇ ਦੇਂਦਾ ਹੋਏ ਨਾ ਪਹਿਲਾਂ ਪੈਸੇ ਦੇਾਂਗਾ 20000 ਰੁਪਏ ਨੂੰ ਨਾਮ ਦੇਾਂਗਾ 2 ਲੱਖ ਦਾ ਲੈ ਦੇ ਟਰੈਕਟਰ ਆ ਕਹਿੰਦੇ ਉਹ ਕਲੱਚ ਦਾ ਬੈਰ ਹੈਗਾ ਇਹ ਆਪਣਾ 7 ਕਿਲੋ ਤੋਂ ਕੁਝ ਗ੍ਰਾਮ ਦਾ ਹੈ ਅੱਛਾ ਜੀ ਪਹਿਲਾਂ ਜਿਹੜਾ ਬਾਇਲਰ ਥਾ ਮੈਂ ਪੁੰਡਰੀ ਉਹਦਾ 베어ਿੰਗ ਤੇ ਕਲਚ ਪਲੇਟ ਪੁਆਈ ਸੀ ਤੇ ਉਹਦਾ 베어ਿੰਗ ਤਲਵਾਇਆ ਸੀ ਹਾਂਜੀ ਤਾਂ ਮੈਨੂੰ ਪਤਾ ਹੈ ਵੀ ਉਹ 7 ਕਿਲੋ ਦਾ 베어ਿੰਗ ਹੈ ਦਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਰਿਵਿਊ ਲੈ ਕੇ ਆਏ ਆ ਟਰੈਕਟਰ ਬਾਈਲਾਰਸ ਦਾ ਜੋ ਕਿ ਰਸ਼ੀਅਨ ਟਰੈਕਟਰ ਹੈ ਤੇ ਆਪਾਂ ਪੰਜਾਬੀ ਭਾਸ਼ਾ 'ਚ ਇਹਨੂੰ ਬਾਈਲਾਰਸ ਵੀ ਕਹਿ ਦਿੰਨੇ ਆ ਜਿਹਨੂੰ ਵੱਡਾ ਬਾਈ ਵੀ ਇੱਕ ਹਿਸਾਬ ਦਾ ਆਪਾਂ ਕਹਿ ਦਿੰਨੇ ਆ ਵੱਡੇ ਬਾਈ ਨੂੰ ਵੀ ਬਾਈ ਕਹਿ ਦਿੰਨੇ ਆ ਸਾਰਾ ਨਾਂਨ ਕੀ ਬਾਈ ਏ ਵੱਡਾ ਬਾਈ ਏ ਤੇ ਇਹਨਾਂ ਦੇ ਓਨਰ ਨੇ ਸਰਦਾਰ ਪ੍ਰਤਾਪ ਸਿੰਘ ਹੰਝਰਾ ਤੇ ਇਹਨਾਂ ਤੋਂ ਪੁੱਛਾਂਗੇ ਸਾਰਾ ਰਿਵਿਊ ਇਹਨਾਂ ਤੋਂ ਜਾਣਕਾਰੀ ਲਾਂਗੇ ਵੀ ਇਹਨਾਂ ਨੇ ਕਿਉਂ ਟਰੈਕਟਰ ਲਿਆ ਕਿੰਨੇ ਹਾਰਸਪਾਵਰ ਏ ਸੱਸੀ ਕਾਲ ਅੰਕਲ ਜੀ ਸੱਸੀ ਕਾਲ ਜੀ ਸੱਸੀ ਤੇ ਅੰਕਲ ਸ਼ੁਰੂਆਤ ਕਰਦੇ ਆ ਪਹਿਲਾਂ ਆਪਾਂ ਵੀ ਇਹ ਤੁਸੀਂ ਟਰੈਕਟਰ ਕਦੋਂ ਲਿਆ ਹੁਣ ਇਹ ਦਾ 2 ਮਹੀਨਾ ਦੇ ਹੋ ਗਏ ਲੰਦਾ 2 ਮਹੀਨੇ ਹੋ ਗਏ ਨੇ ਤੇ ਮੈਂ ਪਹਿਲਾ ਲਿਆਂਦਾ ਜੀ ਉਦੋਂ ਅਸੀਂ ਛੋਟੇ ਛੋਟੇ ਸਾਂ ਅੱਛਾ ਜੀ ਮਲਾ ਵੱਡਾ ਭਰਾ ਚਲਾਉਂਦਾ ਸੀ ਇਕੱਲਾ ਠੀਕ ਹੈ ਜੀ ਉਹ ਤੋਂ ਨਹੀਂ ਸੀ ਪਤਾ ਸਾਨੂੰ ਇਹਦੇ ਬਾਰੇ ਠੀਕ ਹੈ ਜੀ ਫਿਰ ਵੇਚ ਬੈਠੇ ਅੱਛਾ ਜੀ ਉਸ ਤੋਂ ਬਾਅਦ ਫਿਰ ਕਈ ਸਾਲ ਬਾਅਦ ਫਿਰ ਲਿਆਂਦਾ ਅੱਛਾ ਜੀ ਉਹ 5-6 ਸਾਲ ਚਲਾਇਆ ਅੱਛਾ ਜੀ ਆ ਫਿਰ ਵੇਚ ਦਿੱਤਾ ਅੱਛਾ ਜੀ ਉਹ ਵੇਚ ਕੇ ਤੇ ਫਿਰ ਆਪਣਾ ਫਿਰ ਦੁਬਾਰਾ ਫਿਰ ਜਾਗ ਬੈਠੇ ਭਈ ਹੁਣ ਫਿਰ ਲਈਏ ਠੀਕ ਹੈ ਜੀ ਇਸ ਵਾਰ ਤੇ ਫਿਰ ਦੁਬਾਰਾ ਲੈ ਕੇ ਆਇਆ ਸੀ ਨੇ ਹੁਣ ਪਹਿਲਾ ਵੇਚਣ ਦਾ ਕਾਰਨ ਕੀ ਸੀ ਮੰਨ ਲਓ ਜਿਹੜਾ ਸ਼ੁਰੂ ਤੋਂ ਪਹਿਲਾ ਸੀ ਉਹਦੇ ਤੇ ਵੇਖੋ ਸਾਨੂੰ ਪਤਾ ਨਹੀਂ ਸੀ ਅੱਛਾ ਜੀ ਜਾਂ ਬਾਪੂ ਨੂੰ ਪਤਾ ਸੀ ਜਾਂ ਵੱਡੇ ਭਰਾ ਨੂੰ ਪਤਾ ਠੀਕ ਹੈ ਜੀ ਕਿ ਉਹ ਹੀ ਚਲਾਉਂਦਾ ਹੁੰਦਾ ਸੀ ਅਸੀਂ ਦੇ ਛੋਟੇ ਛੋਟੇ ਹੁੰਦੇ ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਦੂਜੇ ਟਰੈਕਟਰ ਜਿਵੇਂ ਲਿਆਂਦੇ ਸਵਰਾਜ ਲਿਆਂਦਾ ਦੂਜੇ ਹਿੰਦੁਸਤਾਨ 50 ਲਿਆਂਦਾ ਹਾਂਜੀ ਕਈ ਟਰੈਕਟਰ ਲਿਆਂਦੇ ਫਿਰ ਕਈ ਬਦਲਿਆ ਸ਼ਰ ਲਿਆਂਦੇ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਫਿਰ ਇਹਦੀ ਫਿਰ ਜਾਣਕਾਰੀ ਫਿਰ ਦੁਬਾਰਾ ਦਿਲ ਚ ਸ਼ੌਂਕ ਜਾਗ ਗਿਆ ਠੀਕ ਹੈ ਠੀਕ ਹੈ ਫਿਰ ਲਿਆਉਣ ਤੇ ਹੁਣ ਬਸ ਪੱਕਾ ਹੀ ਲੈ ਲੈਂਦਾ ਇਹਨੂੰ ਅੱਛਾ ਜੀ ਹਾਂਜੀ ਤੇ ਜਿਹੜੇ ਤੁਹਾਡੇ ਦੂਜੇ ਟਰੈਕਟਰ ਵੀ ਰੱਖੇ ਨੇ ਤੁਸੀਂ ਤੇ ਉਹਨਾਂ ਵਿੱਚ ਤੇ ਇਹਨਾਂ ਵਿੱਚ ਤੁਹਾਨੂੰ ਕੀ ਫਰਕ ਲੱਗਾ ਉਹਨਾਂ ਚ ਤੇ ਇਹਨਾਂ ਚ ਇਹ ਫਰਕ ਇਹ ਵੀ ਇਹ ਪੁਰਾਣੇ ਮਾਡਲ ਦੇ ਨੇ ਜੀ ਵਧੀਆ ਟਰੈਕਟਰ ਨੇ ਜੈਨੂਨ ਜੀ ਮੰਨ ਲਓ ਜਿਹੜੀ ਉਹਨਾਂ ਚ ਹੋਣਾ ਹੁੰਦੀ ਹੈ ਤਕਨੀਕ ਇਹਦੇ ਚ ਪਹਿਲਾਂ ਆਈ ਹੈ ਹਾਂਜੀ ਹਾਂਜੀ ਤੇ ਇਨ ਤੋਂ ਜਿਹੜਾ ਜਿਹੜਾ ਵੇਟ ਹੈ ਆ ਨਾਲ ਦਾ ਹੀ ਹੈ ਇਹ ਵੇਟ ਇਹਦੇ ਨਾਲ ਦੇ ਨੇ ਵੇਟ ਇਹਦੇ ਨਾਲ ਦੇ ਨੇ ਮਗਰਾੜ ਇਹਦੇ ਨਾਲ ਦੇ ਨੇ ਆ ਲਾਈਟਾਂ ਜੀ ਆ ਵੀ ਨਾਲ ਦੀਆਂ ਨੇ ਤੇ ਆ ਡੀਜ਼ਲ ਟੈਂਕ ਇਹ ਡੀਜ਼ਲ ਟੈਂਕ ਹੈ ਜੀ ਇਹ ਕਿੰਨੇ ਲੀਟਰ ਦਾ ਜੀ 116 ਲੀਟਰ ਤੇਲ ਪੈਂਦਾ ਇਹਦੇ ਚ 116 ਲੀਟਰ ਬੱਲੇ 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 ਤੇ ਆ ਚੀਜ਼ ਆ ਉਂਝ ਵੈਸੇ ਲਾਈਟ ਲੱਗੀ ਏ ਠੀਕ ਹੈ ਜੀ ਤੇ ਆ ਸ਼ੁਰੂ ਤੋਂ ਤੋਂ ਲੱਗ ਆਏ ਹਨ ਜਦੋਂ ਨਵੇਂ ਨਾਲ ਦੇ ਹੀ ਅੱਛਾ ਆਹ ਮੰਨ ਲਓ ਲੈਟਾਂ ਡਰਮ ਹੋ ਗਏ ਤੇ ਬ੍ਰੇਕਾਂ ਦੇ ਹੋ ਗਈਆਂ ਅੱਛਾ ਮੰਨ ਲਓ ਜਿਹੜੇ ਬ੍ਰੇਕਾਂ ਹੁੰਦੀਆਂ ਨੇ ਜਿਹੜੇ ਅੱਜ ਦੇ ਟਰੈਕਟਰ ਨੇ ਉਹਨਾਂ ਦੀਆਂ ਮੇਰੇ ਖਿਆਲ ਬਾਹਰਲੇ ਪਾਸੇ ਹੁੰਦੀਆਂ ਉਹ ਅੰਦਰ ਤੇਲ ਵਾਲੀ ਹੁੰਦੀਆਂ ਨੇ ਬਾਹਰ ਦੇ ਪਾਸੇ ਹੁੰਦੀਆਂ ਨੇ ਅਗਲੇ ਸਾਈਡ ਤੇ ਠੀਕ ਹੈ ਜੀ ਇਹਦੀਆਂ ਪਿੱਛੇ ਘੁੰਮਦੀਆਂ ਨੇ ਜਦੋਂ ਟਾਇਰ ਘੁੰਮਦੇ ਨੇ ਇਹ ਵੀ ਘੁੰਮਦੀਆਂ ਨੇ ਠੀਕ ਹੈ ਜੀ ਠੀਕ ਤੇ ਆਹ ਚੀਜ਼ ਅੰਕਲ ਆਹ ਜਿਹੜਾ ਮੰਨ ਲਓ ਡਰ ਆਪਣਾ ਟੀਲਰ ਟੂਲਰ ਪਾਣਾ ਹੋਵੇ ਠੀਕ ਹੈ ਜੀ ਤੇ ਉਹ ਉਸ ਵਾਸਤੇ ਵੀ ਠੀਕ ਹੈ ਜੀ ਕੋਈ ਚੀਜ਼ ਹੋਰ ਪਾਣੀ ਹੋਵੇ ਚਲੋ ਬਾਕੀ ਆ ਹੁੱਕ ਹੌਣ ਬਣਵਾਈਏ ਦੀ ਠੀਕ ਹੈ ਠੀਕ ਹੈ ਬਾਕੀ ਟੈਟਪਾ ਤੇਰਾ ਮੰਨ ਲਓ ਇੰਡੀਕੇਟਰ ਨੇ ਇਹ ਅੰਨੀ ਸ਼ੁਰੂ ਤੇ ਨਿੱਕੀ ਲੈਟ ਹੈ Ориジナル ਨਾਲ ਦੇ Ориジナル ਨਾਲ ਦੇ ਤੇ ਆ ਲੈਟ ਸਾਰੀਆਂ ਨਾਲ ਦੀਆਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆ ਮਰਗਾੜ ਵੀ ਨਾਲ ਦੇ ਨੇ ਕੋਈ ਜੰਗ ਵਗੈਰਾ ਤਾਂ ਨਹੀਂ ਆਣਾ ਜੀ ਹਜੇ ਤੱਕ ਹਜੇ ਤੱਕ ਪੇਂਟ ਥੋੜਾ ਜਿਹਾ ਲਹਿ ਗਿਆ ਮੰਨ ਲਓ ਕਿਉਂ 50 ਸਾਲ ਹੋ ਗਏ ਨੇ 55 ਇਹਨਾਂ ਨੂੰ ਆਇਆ ਨੂੰ ਕਿਹੜਾ ਮਾਡਲ ਹੈ ਜੀ ਇਹ ਇਹ 71 1971 ਮਾਡਲ 1971 ਮਾਡਲ ਹੈ ਤੇ ਜਿਹੜੀਆਂ ਇਹਨੀਆਂ ਬੈਟਰੀਆਂ ਨੇ ਜੀ ਇਹਦੀਆਂ ਬੈਟਰੀਆਂ 24 ਵੋਲਟ ਦੇ ਨੇ 24 ਵੋਲਟ ਦੀਆਂ ਨੇ ਦੋ ਬੈਟਰੀਆਂ ਨੇ ਹਾਂ ਦੋ ਨੇ ਤੇ ਇਹਨੂੰ 24 ਵੋਲਟ ਖੁਦ ਮੈਂ ਕਰਾਇਆ ਅੱਛਾ ਅੱਛਾ ਮੰਨ ਲਓ ਵੈਸੇ ਤਾਂ ਆੜਾ ਨੀਚ ਇੱਥੇ ਆਪਾਂ ਜਾਣਾ ਕਣਕ ਲੈ ਕੇ ਹਾਂਜੀ ਹਾਂਜੀ ਉੱਥੇ ਮੰਨ ਲਓ ਜਿਆਦਾ ਸਲਫ ਲੱਗਣ ਕਰਕੇ ਹਾਂਜੀ ਇਹਦੇ ਤੇ ਆਪਣੇ ਕੋਲ ਕੰਪੈਨ ਹੈ ਕੰਪੈਨ ਦੇ ਅਲਟੀਨੇਟਰ ਲਾ ਦਿੱਤਾ ਹੈ ਠੀਕ ਹੈ ਜੀ ਜੋ ਵੀ ਵੋਲਟ ਤੇ ਆਪਣਾ ਕਰਾ ਦਿੱਤਾ ਹੈ ਠੀਕ ਹੈ ਜੀ ਮੈਂ ਮੰਨ ਲਓ ਕੋਲ ਨੂੰ ਸਟਾਰਟਿੰਗ ਤੋਂ ਨਾ ਤੰਗ ਆਵੇ ਠੀਕ ਆ ਇਹਦਾ ਲਿਵਰਟ ਵਾਲਾ ਗੇਅਰ ਲਿਫਟ ਵਾਲਾ ਗੇਰੇ ਇਹਨੂੰ ਤਾਂ ਇੰਜ ਚੁੱਕ ਦਿਆਂਗੇ ਥੱਲੇਪੜ ਲੱਗ ਗਈ ਅੱਛਾ ਜੀ ਜੇ ਨਹੀਂ ਲੋੜ ਹਾਂਜੀ ਤੈਨੂੰ ਥੱਲੇ ਕਰ ਦਿੱਤਾ ਇਹ ਆਪਣਾ ਮੰਨ ਲਓ ਜੇ ਵਰਤੋਂ 'ਚ ਨਹੀਂ ਰੱਖਣੀ ਵਰਤੋਂ 'ਚ ਨਹੀਂ ਰੱਖਣੀ ਤੇ ਕੋਈ ਚੱਕਰ ਨਹੀਂ ਠੀਕ ਵੀ ਇੱਥੋਂ ਮੰਨ ਲਓ ਅੱਜ ਦੇ ਜਿਹੜੇ ਟਰੈਕਟਰ ਨੇ ਉਹਨਾਂ ਜੇ ਇਹ ਸਿਸਟਮ ਨਾਲ ਚੱਲਦੇ ਰਹਿੰਦੇ ਨੇ ਠੀਕ ਹੈ ਜੀ ਠੀਕ ਹੈ ਹਾਂਜੀ ਹੁਣ ਅੱਗੇ ਆ ਜੰਨੇ ਆਪਾਂ ਤੇ ਆ ਹੈਂਡਲ ਦਾ ਆਪਣਾ ਇਹ ਸਟੀਅਰਿੰਗ ਦਾ ਮੰਨ ਲਓ ਇਹਦੀਆਂ ਟਾਇਰ ਰਾਡਾਂ ਹੋਈਆਂ ਹਾਂਜੀ ਇਹ ਪੁਰਾਣਾ ਜਿਵੇਂ ਮੰਨ ਲਓ ਸ਼ੁਰੂ ਤੋਂ ਹੀ ਇਹਦੇ ਨਾਲ ਦੇ ਨੇ ਇਹ ਸਿਲੰਡਰ ਹੀ ਹੈ ਜੀ ਇਹ ਚਾਰ ਸਿਲੰਡਰ 4 ਸਿਲੰਡਰ ਹੀ ਆ 4 ਥਰੰਡਰ ਠੀਕ ਹੈ ਜੀ ਠੀਕ ਹੈ ਤੇ ਆ ਇਹਦਾ ਆਪਣਾ ਸਲਫ ਹੋ ਗਿਆ ਹਾਂਜੀ ਇੱਕ ਆ ਫਿਲਟਰ ਹੋ ਗਿਆ ਇੱਕ ਥੱਲੇ ਲੱਗਾ ਇੱਕ ਪਿੱਛੇ ਲੱਗੇ ਨੇ ਹਰ ਚੀਜ਼ ਵੀ ਵੱਲੋਂ ਲੱਗੀ ਲੱਗੀ ਲਗਾਈ ਆਈ ਏ ਪਿੱਛੋ ਹੀ ਠੀਕ ਹੈ ਆ ਬੈਂਟਰੀਆਂ ਦਾ ਮਤਲਬ ਕਹੀ ਜਾਂਦੇ ਨੇ ਵੀ ਇੱਥੇ ਬੈਂਟਰੀ ਧਰਾ ਦਿਓ ਹਾਂਜੀ ਮਤਲਬ ਇੱਥੇ ਬੈਂਟਰੀ ਧਰਾਇਆ ਪਿੱਛੇ ਵੇਰੇ ਦੀ ਲੁੱਕ ਖਤਮ ਹੋ ਜਾਏਗੀ ਠੀਕ ਹਾਂਜੀ ਹਾਂਜੀ ਇਹ ਤਾਂ ਆ ਬਿਲਕੁਲ ਜਿਹੜੀ ਚੀਜ਼ ਕੰਪਨੀ ਦਿੱਤੀ ਉਹ ਇਹ ਕੰਪਨੀ ਫਿਟਿਡ ਹੈ ਦੋ ਬੈਂਟਰੀਆਂ ਧਰੀਆਂ ਗਈਆਂ ਨੇ ਇਹਦੇ ਚ ਹਨਾ ਵੈਸੇ ਲੋਡ ਤੇ ਨਹੀਂ ਪੈਂਦੀ ਦੋ ਦੀ ਕੇ ਨਾ ਨਾ ਇਹਦਾ ਲੀਵਰ ਹੈ ਹਾਂਜੀ ਮੰਨ ਲਓ ਨਹੀਂ ਸਟਾਰਟ ਹੁੰਦਾ ਕਈ ਵਾਰੀ ਹਾਂਜੀ ਹਾਂਜੀ ਨਹੀਂ ਸਟਾਰਟ ਹੁੰਦਾ ਆਹ ਲੀਵਰ ਇਹਦਾ ਹਾਂਜੀ ਉਹਦਾ ਚੁੱਕ ਦਿਓ ਵਾਲ ਹਾਂਜੀ ਤੇ ਆਪਣਾ ਥਲ ਮਾਰੋ ਨਾਲ ਨਾਲ ਫਿਰ ਥੱਲੇ ਸਾੜੇ ਤੇ ਫਿਰ ਸਟਾਰਟ ਹੋ ਜਾਣਾ ਠੀਕ ਹੈ ਜੀ ਠੀਕ ਹਾਂਜੀ ਆ ਇਹਦਾ ਇਹ ਤੇ ਲੀਵਟ ਵਾਲਾ ਸਾਰਾ ਸਮਾਨ ਹੈ ਠੀਕ ਹੈ ਜੀ ਪਾਵੇਂ ਥੱਲੇ ਆਪਣੇ ਆਪਣੇ ਆਪ ਟਾਇਰ ਚੁੱਕਣੇ ਹੋਂ ਤਾਂ ਵੀ ਚੁੱਕ ਲੈਗਾ ਹਾਂਜੀ ਹਾਂਜੀ ਉਹ ਤਾਂ ਚੁੱਕਣਾ ਜਿੰਨਾ ਆਪਣਾ ਜਿੰਨਾ ਮਰਜ਼ੀ ਵਜ਼ਨ ਚੁੱਕਾ ਲਓ ਇਹਦੇ ਤੋਂ ਤੇ ਇਹ ਕਿੰਨੇ ਹਾਲ ਖਿੱਚਦਾ ਜੀ ਹਾਲ ਤੇ ਜਿੰਨੇ ਮਰਜ਼ੀ ਪਾ ਲੋ ਇਹਦੇ ਪਿੱਛੇ ਨਹੀਂ ਫਿਰ ਵੀ ਆਈਡੀਆ ਕੁਝ ਹੁੰਦੇ ਇਹਦੇ 11 ਦਾ ਸਾਡੇ ਕੋਲ 11 11 ਦਾ ਪਾ ਲੋ ਬਾ ਕਿਉਂ ਉਹ ਟਰੈਕਟਰ ਦੂਜਾ ਸੋਨ ਲ ਵਗੈਰਾ ਤੇ ਨਹੀਂ ਮੰਨਦਾ ਨਾ ਨਾ ਸੋਨਾਲੀ ਕਾ 60 ਹੈ ਅੱਛਾ ਉਹਦੇ ਮਗਰ ਪਾਲੀ ਦੇ ਨੇ ਅੱਛਾ ਅੱਛਾ ਹੁਣ ਇਹਦੇ ਮਗਰ ਪਾਵਾਂਗੇ ਅੱਛਾ ਜੀ ਮੈਂ ਇੱਕ ਗੱਲ ਦੇਖੀ ਸੀ ਥੋੜੇ ਦਿਨ ਤੁਹਾਡੀ ਵੀ ਦਿਨ ਪਹਿਲਾਂ ਤੁਹਾਡੀ ਵੀਡੀਓ ਵੀ ਦੇਖੀ ਸੀ ਤੁਸੀਂ ਟੋਚਣ ਪਾਇਆ ਸੀ ਮੇਰੇ ਖਾਲ ਫਾਰਮ ਟੋਚਣ ਤੇ ਇੱਥੇ ਆਪਣੇ ਇੱਕ 60 55 ਹੈ ਠੀਕ ਹੈ ਜੀ ਇਹਦੇ ਨਾਲ ਇੱਥੇ ਵੇਖਿਆ ਸਾਨੂੰ ਥੋੜਾ ਜਿਹਾ ਇੰਜਨ ਦੇ ਹਾਂਜੀ ਵੀ ਇਹਦਾ ਇੰਜਨ ਤੇ ਕਲਚ ਜਿਹੜਾ ਸਾਡੇ ਕੋਲ ਸ਼ੁਰੂ ਦੁਬਾਰਾ ਲਿਆਇ ਸਾਂ ਹਾਂਜੀ ਉਹਦੇ ਕਲੱਚ 'ਚ ਕਮੀ ਸੀ ਠੀਕ ਹੈ ਜੀ ਤੇ ਕਿਉਂ ਜ਼ੋਰ ਨਹੀਂ ਸੀ ਲਾਂਦਾ ਹਾਂਜੀ ਤੇ ਸਾਨੂੰ ਵੀ ਇਹਦੇ ਤੇ ਅਸੀਂ ਵੀ ਕਿਦਰ ਇਹਦਾ ਵੀ ਕਲੱਚ ਤੇ ਇੰਜਨ ਨਾ ਲੋੜ ਲਾੜ ਨਾ ਚੁੱਕੇ ਹਾਂਜੀ ਤੇ ਭਈ ਫੇਰ ਇਸ ਵਾਰ ਤੇ ਅਸੀਂ ਟੋਚਣ ਦੁਬਾਰਾ ਦੁਬਾਰਾ ਪਾਉਂਦੇ ਹਾਂ ਅੱਛਾ ਅੱਛਾ ਮੰਨ ਲਓ ਇਹਦਾ ਜ਼ੋਰ ਵਹਿੰਦੇ ਸਾਂ ਵੀ ਇਹਦੇ 'ਚ ਕਿੰਨੀ ਕੋਏ ਫਿਰ ਲੈ ਕੇ ਖਿੱਚ ਕੇ ਹਾਂ ਫੇਰ ਸਾਰੇ ਖਿੱਚੇ ਨੇ ਠੀਕ ਹੈ ਜੀ ਠੀਕ ਹੈ ਵਾਰੋਵਾ ਦੀ ਲਿਫਟ ਹੈ ਜੀ ਇਹ ਉੱਤੇ ਥੱਲੇ ਕੰਮ ਕਰਦੀ ਕਿ ਥੱਲੇ ਡੂਹਾਂ ਡੂਹਾਂ ਪਾਸੇ ਥੱਲੇ ਹਿਟਾ ਵੀ ਕਰੇਗੀ ਉਤਾ ਵੀ ਕਰੇਗੀ ਅੱਛਾ ਜੀ ਇਹ ਜਿਵੇਂ ਮਰਜੀ ਆ ਜਿਵੇਂ ਇੱਥੇ ਲੱਗਣਗੇ ਇਹਨੂੰ ਪੈਪ ਕਿੱਥੇ ਜੀ ਇੱਥੇ ਇਹਦੇ ਇੱਥੇ ਪੈਪ ਹੋਣਗੇ ਦੋ ਪਰਲੇ ਪਾਸੇ ਹੋਣਗੇ ਦੋ ਇੱਥੇ ਹੋਣਗੇ ਠੀਕ ਹੈ ਜੀ ਇਹ ਤਿੰਨ ਲੀਵਰ ਇੱਕ ਲੀਵਰ ਲੱਥਾ ਇਹਦਾ ਹਾਂਜੀ ਇਹ ਆਪਣਾ ਇਹਨੂੰ ਭਾਵੇਂ ਜਿਵੇਂ ਇੱਥੇ ਆਪਾਂ ਕੋਈ ਚੀਜ਼ ਲਾਣੀ ਹੈ ਹਾਂਜੀ ਅੱਗੇ ਕਰਾਹ ਪਾਉਣ ਵਾਸਤੇ ਕੋਈ ਵੀ ਬਣਾਣਾ ਇੱਥੇ ਜੱਕ ਲੱਗ ਜਾਣਗੇ ਇੱਥੇ अच्छा अच्छा ਉਹ ਅੱਗੋ ਚੁੱਕਣਗੇ ਇਹ ਮੰਨ ਲਓ ਸਿਸਟਮ ਇਹਦੇ ਚੋ ਮਸ਼ੀਨਵਾਰ ਜੇਸੀਵੀ ਵਾਲਾ ਐਕਟੀਵੀ ਵਾਲ ਲੱਗੇਗਾ ਉਹਦੇ ਚ ਵੀ ਲੱਗ ਜਾਣਾ ਉਹਦੇ ਚ ਵੀ ਲੱਗੇਗਾ ਠੀਕ ਠੀਕ ਤੇ ਮੰਨ ਲਓ ਜਿਹੜੀ ਲਿਫਟ ਹੈ ਹਾਂਜੀ ਕਿੰਨੇ ਟਨ ਤੱਕ weight ਚੁੱਕ ਲੈਂਦੀ ਹੈ ਇਹ ਤੇ ਵੀ ਅਨਦਾਜ਼ ਅਨਦਾਜ਼ ਚੁੱਕਦੀ ਆ ਜਿੰਨਾ ਇਹਦੇ ਉੱਤੇ ਚੁਕਾ ਲਓ ਅੱਛਾ ਅੱਛਾ ਹਾਂ ਠੀਕ ਹੈ ਜੀ ਅਸੀਂ ਮੰਨ ਲਓ ਕਣਕ ਹੈ ਹਾਂਜੀ ਕਣਕ ਦੀ ਭਰੀ ਟਰਾਲੀ ਹਾਂਜੀ ਉਹਦੇ ਪਹਿਲੇ ਟਰੈਕਟਰ ਨਾਲ ਅਸੀਂ ਥੱਲੇ ਧਰ ਕੇ ਆਣ ਚੁਕਾ ਦਿੰਦੇ ਹਾਂ ਠੀਕ ਹੈ ਜੀ ਕੰਪੈਨ ਖਿੱਚੀ ਹੈ ਪਹਿਲੇ ਨਾਲ ਇਹਦੇ ਨਾਲ ਦਾ ਜਜੇ ਚਲੋ ਨਹੀਂ ਪੀਚਾ ਪਿਆ ਇਹਦਾ ਹਾਂਜੀ ਹਾਂਜੀ ਤੇ ਵੇਖਾਂਗੇ ਜੇ ਜਦੋਂ ਹੁਣ ਸੀਜਣੇ ਚ ਇਹਦੇ ਨਾਲ ਪਾਵਾਂਗੇ ਇੱਕ ਰ ਟੋਚਣ ਕੰਪੈਨ ਨਾਲ ਫਿਰ ਵੇਖਾਂ ਕਿ ਕਿੰਨਾ ਕਿੰਨਾ ਹਸ ਪਾਵਰ ਹੈ ਜੀ ਇਹ ਇਹ 65 ਹਸ ਪਾਵਰ ਦੇ ਇੰਜਣ ਦਾ 65 ਹਸ ਪਾਵਰ ਮੇਰੇ ਖਿਆਲ ਪਾਵਰ ਤੇ ਉਦੋਂ ਵੱਧ ਹੀ ਹੈ ਹਾਂਜੀ ਕਹਿਣ ਨੂੰ ਆਪਾਂ 65 ਹਸ ਪਾਵਰ ਕਹਿ ਦਿੰਨੇ ਆ ਹਾਂ ਠੀਕ ਕਿੰਨੇ ਦਾ ਲੈ ਆ ਜੀ ਤੁਸੀਂ ਇਹ ਇਹ 3.5 ਲੱਖ ਦਾ 3.5 ਲੱਖ ਦਾ ਠੀਕ 3.5 ਲੱਖ ਦਾ ਲਿਆ ਇੰਨੇ ਕਿੰਨੇ ਗੇਅਰ ਨੇ ਜੀ ਇਹਦੇ 5 ਗੇਅਰ ਸਿੱਧੇ ਨੇ ਇੱਕ ਵੈ ਕੇ 6 ਗੇਅਰ ਨੇ ਤੇ 6 ਗੇਅਰ ਨੇ ਇਹਦੇ 6 ਗੇਅਰ ਨੇ ਹਾਂਜੀ ਆ ਮੁਗਲੈਲ ਤੇਲ ਦਾ ਫਿਲਟਰ ਹੈ ਹਾਂਜੀ ਮੀਟਰ ਆ ਦੂਜਾ ਅਲਟੀਨੇਟਰ ਵਾਲਾ ਹਾਂ ਆ ਡੀਜ਼ਲ ਦਾ ਸੀ ਠੀਕ ਹੈ ਜੀ ਆ ਉਸ ਤਰ੍ਹਾਂ ਆਪਣਾ ਕੰਪਰੈਸਰ ਦਾ ਠੀਕ ਹੈ ਜੀ ਕਿਹੜੀਆਂ ਜੀ ਆ ਲੱਟਾ ਸਾਰੀਆਂ ਜਗਦੀਆਂ ਨੇ ਇਹਨਾਂ ਦੀਆਂ ਠੀਕ ਹੈ ਜੀ ਮਤਲਬ ਕੋਈ ਮਤਲਬ ਆ ਸਟੀਰਿੰਗ ਹੈ ਹਾਂਜੀ ਹਾਂਜੀ ਤੇ ਮਤਲਬ ਇਹ ਜੀ ਐ ਸਟੀਅਰਿੰਗ ਦੇ ਨੂੰ ਮਤਲਬ ਸ਼ੁਰੂ ਤੋਂ ਪੀਲਾ ਸਟੀਅਰਿੰਗ ਮੈਂ ਜ਼ਿਆਦਾ ਪਸੰਦ ਕਰਦਾ ਹਾਂ ਹਾਂਜੀ ਹਾਂਜੀ ਮੰਨ ਲਓ ਸਾਰਾ origignal ਨਾਲ ਦਾ ਕੋਈ ਨਾਲ ਦਾ ਅਸੀਂ ਕੁਝ ਨਹੀਂ ਕੀਤਾ ਇਹਦਾ ਚੇਂਜ ਵਗੈਰਾ ਕੁਝ ਨਹੀਂ ਕੀਤਾ ਨਾ ਨਾ ਜੀ ਕੁਝ ਨਹੀਂ ਕੀਤਾ ਠੀਕ ਹੈ ਤੇ ਜਿਹੜੀ ਛਤਰੀ ਹੈ ਜੀ ਇਹ ਵੀ ਨਾਲ ਇਹ ਛਤਰੀ ਨਾਲ ਦੀ ਸਾਰਾ ਕੋਈ ਨਾਲ ਦਾ ਆ ਨਵਾਂ ਪੋਇਆ ਮੇਰੇ ਖਾਲ ਆਹ ਮੋਟਰ ਆਹ ਜੀ ਇਹ ਮੋਟਰਸਾਈਕਲ ਦਾ ਕੱਲੋਂ ਜੀ ਲਿਆ ਕੇ ਲਾ ਦਿੱਤਾ ਹੈ ਆਏ ਹਣ ਕੰਪੈਨ ਦੇ ਫਰਮਣ ਉਹਨਾਂ ਚੁੱਕ ਕੇ ਇੱਥੇ ਲਾ ਜਿਹੜਾ ਮੈਂ ਚੱਲਦਾ ਜਿਹੜਾ ਤੇ ਕਲੱਚ ਆਪਣਾ ਆਹ ਕਲੱਚ ਠੀਕ ਹੈ ਜੀ ਆਹ ਦੋ ਬ੍ਰੇਕਾਂ ਨੇ ਇਹਦੀਆਂ ਠੀਕ ਆਹ ਜਦੋਂ ਸਿੰਗਲ ਕਲੱਚ ਨਾ ਨਾ ਡਬਲ ਕਲੱਚ ਹੈ ਇਹ ਸਰ ਡਬਲ ਕਲੱਚ ਹੈ ਇਹ ਡਬਲ ਕਲੱਚ ਆ ਇਹਦਾ ਮਨ ਲੋ ਇੱਕ ਟਾਇਰ ਨਹੀਂ ਜੋਰ ਲਾਂਦਾ ਤੇ ਇੱਕ ਤਾਂ ਦੱਬ ਦਿਓ ਹਾਂਜੀ ਦੋਵੇਂ ਟਾਇਰ ਜੋਰ ਲਾਣਗੇ ਆ ਪੁਲੀ ਵਾਲਾ ਹੈ ਅੱਛਾ ਅੱਛਾ ਜੀ ਪਿੱਛੇ ਜੇ ਕੋਈ ਮਨ ਲੋ ਆਪਾਂ ਜਨਰੇਟਰ ਵਾਰਾ ਜਾਂ ਕੋਈ ਕੁਝ ਵੀ ਕੰਮ ਕਰਦਾ ਹੈ ਇਹ ਪਾਣਾ ਪਏਗਾ ਆ ਇਹਦਾ ਛੋਟਾ ਕਲੱਚ ਹੈ ਹਾਂਜੀ ਜਦੋਂ ਇਹਨੂੰ ਲੋ ਲਾਣਾ ਹੈ ਠੀਕ ਹੈ ਜੀ ਇਹਦਾ ਲੋ ਇੱਥੇ ਲੱਗੇਗਾ ਇੱਥੇ ਠੀਕ ਹੈ ਜੀ ਇਹ ਇਹਦੇ ਵਿੱਚ ਹੀ ਲੋ ਇਹਦੇ ਵਿੱਚ ਜਿਵੇਂ ਹੁਣ ਨਵੇਂ ਮਾਡਲ ਦੇ ਹੁੰਦੇ ਨੇ ਹਾਂਜੀ ਵੀ ABC ਆ ਜਿਹੜੇ ਗੇਅਰਾਂ ਚ ਦੂਜਿਆਂ ਚ ਹਾਂਜੀ ਹਾਂਜੀ ਇਹ ਉਹਦੇ ਇਹਦੇ ਚ ਠੀਕ ਹੈ ਜੀ ਠੀਕ ਹੈ ਤੇ ਆ ਆਪਣਾ ਥੱਲੇ ਕਰ ਦਿਓ ਹਾਂਜੀ ਲਿਵਰ ਡੁੱਤਾ ਚੁੱਕੀ ਜਾਏਗੀ ਠੀਕ ਹੈ ਜੀ ਇੱਥੇ ਕਰ ਦਿਓ ਹਾਂਜੀ ਤੇ ਥੱਲੇ ਆ ਜਾਏਗੀ ਠੀਕ ਹੈ ਠੀਕ ਆ ਜਿਹੜੇ ਅੱਗੇ ਆਪਣਾ ਮੰਨ ਲਓ ਰੋਡਰ ਲਾਣਾ ਹੈ ਕੋਈ ਚੀਜ਼ ਵੀ ਲਾਣੀ ਹੈ ਟਰਾਲੀ ਚੁੱਕਣ ਵਾਲਾ ਪੈਪ ਲਾਣਾ ਹੈ ਇਹਦੇ ਤੋਂ ਇਹਨੂੰ ਚੁੱਕੋ ਥੱਲੇ ਕਰੋ ਇਹਨੂੰ ਉੱਥੇ ਕੰਮ ਆਵੇਗਾ ਠੀਕ ਹੈ ਠੀਕ ਇਹ ਤਾਂ ਮੰਨ ਲਓ ਕੋਈ ਸਾਨੂੰ ਇਹਦੇ 'ਚ ਕੋਈ ਮੰਨ ਲਓ ਦਿੱਕਤ ਨਹੀਂ ਤੇ ਆ ਜਿਹੜਾ ਮੰਨ ਲਓ ਸਲੰਸਰ ਹੈ ਹਾਂਜੀ ਨਾਲ ਦਾ ਇਹ ਵੀ ਹੈ ਜੀ ਇਹ ਨਾਲ ਦਾ ਠੀਕ ਹੈ ਠੀਕ ਇਹ ਸਲੰਸਰ ਨਾਲ ਦਾ ਸਾਰਾ ਕੋਇਆ ਗਾਂ ਗੂੰ ਜਿਹੜੀ ਅੱਗੇ ਲੱਗੀ ਸਾਰਾ ਕੋਇ ਨਾਲ ਦਾ ਸੀ ਕੁਝ ਨਹੀਂ ਲਾਇਆ ਠੀਕ ਹੈ ਠੀਕ ਹੈ ਤੇ ਜੇ ਭਾਜੀ ਤੁਸੀਂ ਇਹਨੂੰ ਟਰੈਕਟਰ ਨੂੰ ਸੇਲ ਕਰਨਾ ਚਾਹੁੰਦੇ ਹੋ ਤੇ ਜੇ ਕਿਸੇ ਨੇ ਸੇਲ ਵਾਸਤੇ ਲੈਣਾ ਹੋਵੇ ਤੇ ਸੇਲ ਕਰਨਾ ਚਾਹੁੰਦੇ ਹੋ ਨਹੀਂ ਨਹੀਂ ਭਾਵੇਂ 50 ਲੱਖ ਦੇਵਾਂ ਸੀ ਤਾਂ ਵੀ ਨਹੀਂ ਦਿੰਦੇ ਅੱਛਾ ਜੀ 5 5 ਲੱਖ 60 ਹਜ਼ਾਰ ਦੇ ਜਲੰਧਰੋਂ ਹਾਂਜੀ ਉਹਨਾਂ ਕਾ ਖਾਤਾ ਨੰਬਰ ਕੱਲ ਪੈਸੇ ਪਾਉਂਦੇ ਆ ਟਰੈਕਟਰ ਦੇ ਦੇ ਅੱਛਾ ਜੀ ਇਹ ਜਿਹੜੇ ਟਰੈਕਟਰ ਨੇ ਇੱਕ ਬਾਇਲਰਸ ਹੋ ਗਿਆ ਟੀ ਇਹ ਆਪਣਾ ਡੀਟੀ 28 ਹੋ ਗਿਆ ਡੀਟੀ 14 ਹਾਂਜੀ ਟੀ 25 ਹਾਂਜੀ ਇਹ ਜਾ ਕੇ ਉੱਥੇ ਜੀਨ ਰੇਟ ਪੁੱਛਣ ਕਈ ਆਂਦੇ ਨੇ ਵੀ ਉੱਥੇ ਵੀ ਇਹ ਕਬਾੜ ਨੇ ਉਹ 2-2 ਲੱਖ ਜੀ 1.5-1.5 ਲੱਖ ਹੀ ਮਿਲਦੇ ਨੇ ਹਾਂਜੀ ਹਾਂਜੀ ਕੋਈ 2 ਲੱਖ ਦਾ 2.5 ਲੱਖ ਦਾ ਲੈ ਆ ਕੇ ਦਿੰਦਾ ਹੋਏ ਨਾ ਪਹਿਲਾਂ ਪੈਸੇ ਦੇਾਂਗਾ 20000 ਰੁਪਏ ਨੂੰ ਨਾਮ ਦੇਾਂਗਾ 2 ਲੱਖ ਦਾ ਲੈ ਦੇ ਟਰੈਕਟਰ ਠੀਕ ਹੈ ਜੀ 2 ਲੱਖ ਦਾ ਤੇ ਤੋਲੇ 'ਚ ਵੀ ਨਹੀਂ ਦਿੰਦੇ ਅਸਲ ਇਹ ਤੁਸੀਂ ਜੀਨ ਤੋਂ ਲਿਆ ਟਰੈਕਟਰ ਅਸੀਂ ਜੀਨ ਤੋਂ ਲੈਂਦਾ ਠੀਕ ਬਰਾ ਕਲਾਂ ਤੋਂ ਬਰਾ ਕਰਾਂ ਦਾ ਖਲਾਸਾ ਠੀਕ ਹੈ ਠੀਕ ਹੈ ਉਥੇ ਕਿ ਮਤਲਬ ਦਲਾਲ ਹੈ ਮੋਟਰ ਟਰੈਕਟਰ ਨੇ ਉਹਦੇ ਕੋਲ ਹਜ਼ਾਰਾਂ ਦੇ ਸਾਫ ਟਰੈਕਟਰ ਖੜੇ ਨੇ ਠੀਕ ਹੈ ਉਹਦੇ ਕੋਲ ਲਿਆਂਦੇ ਨੇ 4 ਲੱਖ ਮੰਗਦਾ ਸੀ ਹਾਂਜੀ ਸਿਰਫਾ ਮੁੰਡਾ ਨਾਲ ਜਾਣ ਕਰਕੇ ਉਹਨੇ ਆਪਣਾ ਉਹਨੇ ਸੋਚਿਆ ਵੀ ਚਲ ਬੱਚੇ ਨੇ ਲੈਣਾ ਹੈ ਹਾਂਜੀ ਇੱਕ ਪਹਿਲਾ ਉਹਨੇ ਸਾਨੂੰ ਟਰੈਕਟਰ ਵਿਖਾਇਆ ਉਹ ਟਰੈਕਟਰ ਵਿੱਚ ਸਾਨੂੰ ਤੋਂ ਉਹਨਾਂ ਸ਼ਾਇਦ ਭਾਵੇਂ ਰਗੜ ਵੀ ਲੈਂਦਾ ਹੋ ਹਾਂਜੀ ਬਸ ਉਹਦੇ ਮਨ ਦੇ ਵਿੱਚ ਹੋਈ ਵੀ ਇਹ ਬੱਚੇ ਨੂੰ ਟਰੈਕਟਰ ਲੈ ਦੇਣਾ ਇਹਨੇ ਅੱਛਾ ਜੀ ਤੇ ਵੀ ਇਹ ਨਾਲ ਆ ਠੀਕ ਹੈ ਫਿਰ ਉਹ ਨਾਲ ਟਰੈਕਟਰ ਲੈ ਗਦੀ ਤਾਂ ਉਹਦੀ ਆਈ ਦੀ ਜਲੀ ਕੋ ਨਹੀਂ ਸੀ ਹਾਂਜੀ ਆ ਜਾਲੀ ਇਹ ਮਾਨੂੰ ਗਲੀ ਹੀ ਸੀ ਜਾਲੀ ਸਾਰੀ ਅੱਛਾ ਜੀ ਫੇਰ ਅਸੀਂ ਜਦੋਂ ਲਿਆਂਦਾ ਇਹਨੂੰ ਫੇਰ ਅਸੀਂ ਜਵਾਲੀ ਉਹਨੇ ਆਪਣੇ ਆਪ ਲਵਾ ਕੇ ਦਿੱਤੀ ਠੀਕ ਹੈ ਜੀ ਤੇ 50000 ਰੁਪਿਆ ਉਸ ਬਜ਼ੁਰਗ ਨੇ ਹਾਂਜੀ ਛੱਡਿਆ ਮੁੰਡੇ ਕਰ ਆ ਮੁੰਡੇ ਕਰਕੇ ਵੀ ਤੈਨੂੰ ਸਾਡੇ ਦਾ ਮਕਸਦ ਤੁਸੀਂ ਆ ਟਰੈਕਟਰ ਮੁੰਡੇ ਕਰਕੇ ਹੀ ਲਿਆ ਮੁੰਡੇ ਕਰਕੇ ਲਿਆ ਠੀਕ ਹੈ ਨਹੀਂ ਤਾਂ ਟਰੈਕਟਰ ਲੈਣ ਦੀ ਮਾਨੂੰ ਟਰੈਕਟਰ ਤਾਂ ਹੈ ਹੀ ਪਹਿਲਾਂ ਹਾਂਜੀ ਹਾਂਜੀ ਮਾਨੂੰ ਕੋਈ ਨਹੀਂ ਸੀ ਸੋ ਮੈਂ ਤੇ ਆਨਾ ਹਾਂ ਵੀ ਇਹ ਸ਼ਰ ਲੈ ਲਈਏ ਹਾਂਜੀ ਇੱਕ ਵਾਰ ਟਰਾਲੀਆ ਟਰਾਲੀਆ ਟੋਣ ਵਾਸਤੇ ਹਾਂਜੀ ਹਾਂਜੀ ਫਸੇ ਇਹ ਅਖਲ ਕਰਨਾ ਹੀ ਫੇਰ ਬਾਈਲਰਸ ਹੀ ਲੈਣਾ ਮਾਵੇ ਚਲ ਬਾਈਲਰਸ ਲੈ ਲੈਂਦੇ ਆ ਕੀ ਨਾਂ ਹੈ ਇਹ ਦਾ ਮੁੰਡੇ ਦਾ ਦਲਜੀਤ ਸਿੰਘ ਦਲਜੀਤ ਸਿੰਘ ਤੇ ਜੇ ਤੁਸੀਂ ਇਹਨੂੰ ਹੁਣ ਪੇਂਟ ਵਗੈਰਾ ਮੋਡੀਫਾਈ ਕਰਾਣਾ ਹੈ ਉਹ ਵੀ ਨਹੀਂ ਨਹੀਂ ਇਹਨੂੰ ਰੰਗ ਰੰਗ ਕਰਾਵਾਂਗੇ ਅੱਛਾ ਜੀ ਤੇ ਆਹ ਟਾਇਰ ਟੂਰ ਪੁਆਣੇ ਦੇ ਦੇ ਅੱਛਾ ਜੀ ਆ ਜਿਹੜੇ ਬੈਰਿੰਗ ਬੂਰਗ ਨੇ ਇੰਨਾ ਦੇ ਆ ਜਿਹੜੇ ਹਾਂਜੀ ਇਹ ਸਭ ਕੁਝ ਇਹਦੇ ਨਾਲ ਇਹ ਤੁਸੀਂ ਨਾ ਬੈਰਿੰਗ ਬਾਰੇ ਦੱਸਣ ਦੇ ਜਿਹੜੇ ਅੱਜ ਦੇ ਟਰੈਕਟਰਾਂ 'ਚ ਮੰਨ ਲਓ ਬੈਰਿੰਗ ਦਾ ਇੰਨਾ weight ਨਹੀਂ ਹੁੰਦਾ ਇੰਨਾ ਕਿੰਨਾ ਤੁਸੀਂ weight ਦੱਸਣ ਦੇ ਉਹ ਕਲੱਚ ਦਾ ਬੈਰਿੰਗ ਇਹ ਆਪਣਾ 7 ਕਿਲੋ ਤੋਂ ਕੁਝ ਗ੍ਰਾਮ ਦਾ ਹੈ ਅੱਛਾ ਜੀ ਪਹਿਲਾ ਜਿਹੜਾ ਬਾਇਲਰ ਟੀਆ ਮੈਂ ਪੁੰਡਰੀ ਉਹਦਾ ਬੈਰਿੰਗ ਤੇ ਕਲਚ ਪਲੇਟ ਪੁਵਾਈ ਸੀ ਤੇ ਉਹਦਾ ਬੈਰਿੰਗ ਤਲਵਾਇਆ ਸੀ ਹਾਂਜੀ ਤਾਂ ਮੈਨੂੰ ਪਤਾ ਹੈ ਵੀ ਉਹ 7 ਕਿਲੋ ਦਾ ਬੈਰੰਗ ਇਹਦਾ ਠੀਕ ਹੈ ਠੀਕ ਆ ਵੀ ਉਹ ਦਿਨ ਜਿਹੜਾ ਟਰੈਕਟਰ ਲਿਆਂਦਾ ਉਹ ਦਿਨ ਵੀ ਤੇ ਖੁੱਲਾ ਸੀ ਇੱਕ ਟਰੈਕਟਰ ਇੱਕ ਤੁਸੀਂ ਗੱਲ ਦੱਸਣ ਦੇ ਸੋ ਵੀ ਤੁਸੀਂ ਆਪਣਾ ਪੁਰਾਣੀ ਗੱਲ ਕੋਈ ਇਹਦੇ ਮੰਨ ਲਓ ਵਾਕਾ ਬੀਤਿਆ ਹੋਇਆ ਵਾਕਾ ਹੁਣ ਮੰਨ ਲਓ ਇੱਥੇ ਆ ਕੋਠੀ ਪਾੰਡਿਆ ਹਾਂਜੀ ਤੇ ਉਹ ਬੱਜਰੀ ਵਾਲਾ ਟਰੱਕ ਆਇਆ ਸੀ ਪਤਾ ਨਹੀਂ ਸੀ ਸਾਨੂੰ ਹਾਂਜੀ ਉਹ ਦਿਮਾਗ ਅੰਦਰੋਂ ਨਿਕਲ ਨਹੀਂ ਤੇ ਉਹ ਵੀ ਇਹਦੇ ਤੋਂ ਖਿਚਾੜੀ ਸੀ ਮੈਂ ਅੱਛਾ ਜੀ ਪਹਿਲਾਂ ਜਿਹੜਾ ਸ਼ੁਰੂ ਤੋਂ ਸੀ ਹਾਂਜੀ ਮੰਨ ਲਓ ਡੇਰਾ ਪਾਇਆ ਇਟਾਂ ਲਿਆਈ ਛੋਟੇ ਛੋਟੇ ਨੇ ਹਾਂਜੀ ਮੇਰਾ ਚਾਚਾ ਸੀ ਹਾਂਜੀ ਉਹ ਚਲਾਉਂਦਾ ਸੀ ਜਾਂ ਭਰਾ ਚਲਾਉਂਦਾ ਸੀ ਠੀਕ ਹੈ ਜੀ ਉਹ ਅਖਲ ਗਈ ਇੱਥੇ ਟਰੱਕ ਬੈਗਿਆ ਇਟਾਂ ਦਾ ਤੇ ਵੀ ਕਣਕ ਵਾਲੀ ਪਹਿਲੀ ਸੀ ਹਾਂਜੀ ਤੇ ਉਹਨੇ ਫਿਰ ਆਈਗਾ ਵੀ ਪਾਏ ਦੇ ਮਗਰ ਟੋਚਣ ਹਾਂਜੀ ਉਦੋਂ ਸਾਡੇ ਆਪਣੀ ਅੱਖੀ ਵੇਖਿਆ ਠੀਕ ਹੈ ਜੀ ਉਹਨੇ ਟਰੱਕ ਖਚਾਇਆ ਸੀ ਇਹਦੇ ਤੋਂ ਠੀਕ ਹੈ ਜੀ ਤੇ ਹੁਣ ਅਸੀਂ ਵੇਖਾਂਗੇ ਇਹਦੇ ਜੋਲੀ ਵਾਲੀ ਸਹਿਸਜ ਵੀ ਹੁਣ ਇਹ ਕਿੰਨਾ ਕੁ ਜ਼ੋਰ ਲਾਉਂਦਾ ਹੈ ਟਰੱਕ 'ਚ ਕਿੰਨੀਆਂ ਇਟਾਂ ਸਨ ਜੀ 4000 4000 ਇਟਾਂ 4000 ਟਰੱਕ ਉਦੋਂ ਟਰੱਕਾਂ ਦੇ ਇਟਾਂ ਹੁੰਦੀਆਂ ਹਨ ਠੀਕ ਹੈ ਜੀ ਠੀਕ ਹੈ 4000 ਹੋਏਗੀ 3000 ਹੋ ਜਾਏਗੀ ਹਾਂਜੀ ਹਾਂਜੀ ਵਜਨ ਤੇ ਵਜਣੀ ਹੈ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਮੰਨ ਲਓ ਅੰਨੀ ਜਾਣੇ ਛੋਟਾ ਹੈ ਠੀਕ ਹੈ ਜੀ ਠੀਕ ਹੈ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲੇ